ਚੁੱਕੇ ਜਾਂਦੇ ਆ ਬੀਬੀ। ਲੈ ਸ਼ਕਤੀ ਵਾਲੇ ਬਾਬੇ ਦੇ ਮੈਨੂੰ ਦਰਸ਼ਨ ਦਾ ਕਰਾ ਪੱਤੇ। ਹਾਂ ਆ ਲਿਆ ਕਰ ਬੀਬੀ। ਕੌਣ ਹੈ ਜੋ ਆਇਆ ਤਕਦੀਰਾਂ ਨੂੰ ਹੀ ਬਦਲ ਗਿਆ। ਦੇ ਪੁੱਤ ਕੋਟ ਪੈਂਟ ਵਾਲਾ ਬਾਬਾ ਨਾ ਚਟਾਨ ਜਨੇਊ ਦਾ ਭਗਵਾਨ। ਬਬਲੀਏ ਸਾਰੇ ਇਸ ਕੋਟ ਪੈਂਟ ਵਾਲੇ ਬਾਬੇ ਨੂੰ ਭਗਵੇਂ ਵਾਲੇ ਸਲਾਮਾਂ ਕਰਦੇ ਨੇ ਸਲਾਮਾਂ। ਕਾਣੀ ਬੰਡ ਨੂੰ ਖਤਮ ਕੀਤਾ ਸੀ। ਉਹ ਕਾਣੀ ਬੰਡ ਅਜੇ ਖਤਮ ਕਿੱਥੇ ਹੋਈ ਆ ਪਾਪਾ? ਕਾਣੀ ਬੰਡ ਤੇ ਜਾਤ ਪਾਤ ਨੂੰ ਖਤਮ ਕਰਨ ਲਈ ਘਰ ਘਰ ਸਮਝਾਰ ਹੋਣਾ ਜ਼ਰੂਰੀ ਹੈ। ਉਹ ਕੋਟ ਪਿੰਡ ਵਾਲਾ ਬਾਬਾ ਹੋਣਾ ਜ਼ਰੂਰੀ ਹੈ। ਇਹ ਉਹ ਤਾਕਤ ਹੈ ਜਿਸਨੇ ਬੈਰੀ ਦੀ ਅੱਖ ਵਿੱਚ ਅੱਖ ਪਾ ਕੇ ਸਾਨੂੰ ਗੱਲ ਕਰਨ ਦਾ ਬਲ ਬਖਸ਼ਿਆ। ਇਹ ਉਹ ਤਾਕਤ ਹੈ ਜਿਸਨੇ ਪੂਰੇ ਭਾਰਤ ਨੂੰ ਇਕਮੁੱਠ ਕੀਤਾ ਸੀ। ਹਾਂ ਵਾਹ, ਇਹ ਕੋਟ ਪਿੰਡ ਵਾਲੇ ਬਾਬੇ ਦਾ ਗ੍ਰੰਥ ਜਿਸਨੇ ਮਨੁਵਾਦੀਆਂ ਜੜਾਂ ਵੱਢੀਆਂ ਤੇ ਇਸ ਤੋਂ ਮਨੁਵਾਦੀਆਂ ਨੂੰ ਡਰ ਲੱਗਦਾ ਹੈ ਕਿਉਂਕਿ ਇਹ ਜਾਤ ਪਾਤ ਤੇ ਕਾਣੀ ਬੰਡ ਨੂੰ ਖਤਮ ਕਰਦਾ ਹੈ। ਵੈਰੀ ਗੁੱਡ। ਸਮੇਂ ਦੀਆਂ ਸਰਕਾਰਾਂ ਇਸ ਬਾਬੇ ਦੇ ਸਰਦਾਰ ਨੂੰ ਅੱਖੋਂ ਪਰੋਖੇ ਕਰਕੇ ਸਾਡੇ ਦੇਸ਼ ਨੂੰ ਕਾਰਪੋਰੇਟ ਕਰਾਣੇ ਵਾਲੇ ਹੱਥਾਂ ਵਿੱਚ ਵੇਚ ਰਹੀਆਂ ਨੇ, ਗਰੀਬ ਨੂੰ ਹੋਰ ਗਰੀਬ ਬਣਾ ਰਹੀਆਂ ਨੇ। ਜੇ ਸਾਡੀਆਂ ਅੱਖਾਂ ਜ਼ਮੀਨਾਂ ਖੁੱਲੀਆਂ ਤੇ ਕਦੇ ਵੀ ਨਹੀਂ ਖੁੱਲਣਗੀਆਂ। ਮਾਂ, ਜੇ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ ਤਾਂ ਨਾਰੀ ਜਾਤੀ ਨੂੰ ਅੱਜ ਵੀ ਸ਼ੂਦਰ ਮੰਨਿਆ ਜਾਣਾ ਸੀ। ਨਾਰੀ ਜਾਤੀ ਦੇ ਮੁਕਤੀ ਦਾਤਾ ਨੇ ਡਾਕਟਰ ਭੀਮ ਰਾਓ ਅੰਬੇਡਕਰ ਤੇ ਫਿਰ ਮੈਨੂੰ ਭਰਾਓ ਮੇਰੇ ਰਹਿਬਰ ਦੀ ਫੋਟੋ ਤੇ ਮੈਂ ਅੱਜ ਤੋਂ ਬਾਅਦ ਕਸਮ ਖਾਂਦੀ ਹਾਂ ਕਿ ਮੈਂ ਕਿਸੇ ਵੀ ਪਖੰਡੀ ਬਾਬੇ ਦੇ ਡੇਰੇ ਤੇ ਨਹੀਂ ਜਾਵਾਂਗੀ। ਮੈਂ ਅੱਜ ਤੋਂ ਬਾਅਦ ਕਸਮ ਖਾਂਦੀ ਹਾਂ ਕਿ ਮੈਂ ਕਿਸੇ ਵੀ ਪਖੰਡੀ ਬਾਬੇ ਦੀ ਪੂਜਾ ਨਹੀਂ ਕਰਾਂਗੀ। ਮੈਂ ਤਾਂ ਆਪਣੇ ਰਹਿਬਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਦੱਸੇ ਮਾਰਗ ਤੇ ਚੱਲਾਂਗੀ। ਹਾਂ, ਹੁਣ ਅਸੀਂ ਪੈਦਾ ਨਹੀਂ ਕਰਾਂਗੇ, ਅਸੀਂ ਬਾਬਾ ਸਾਹਿਬ ਦੇ ਕਾਰਦੇ ਨੂੰ ਅੱਗੇ ਲੈ ਕੇ ਜਾਵਾਂਗੇ, ਅੱਗੇ ਲੈ ਕੇ ਜਾਵਾਂਗੇ, ਅੱਗੇ ਲੈ ਕੇ ਜਾਵਾਂਗੇ। ਤੇ ਕੌਣ ਹੈ ਜੋ ਆਇਆ ਤਕਦੀਰਾਂ ਨੂੰ ਹੀ ਬਦਲ ਗਿਆ। ਇਹ ਬਾਬਾ ਸਾਹਿਬ ਹੈ ਆਇਆ ਤਕਦੀਰਾਂ ਨੂੰ ਹੀ ਨਾਟਕ ਮੁਕਤੀਦਾਤਾ ਪੇਸ਼ਕਾਰੀ ਮਾਨਵਤਾ ਕਲਾ ਮੰਚ ਨਗਰ।